3 ਹੈ ਜੀ ਉਹ ਇਸ ਤੋਂ ਵੱਧਾ ਟਰੈਕਟਰ ਅੱਛਾ ਜੀ ਹਾਂਜੀ ਠੀਕ ਹੈ ਉਹ 47 ਦਾ ਸਾ 393 ਮਾਡਲ ਸਹੀ ਬਹੁਤ ਵੱਧ ਟਰੈਕਟਰ ਉਹ ਬੰਦੇ ਉਹਦੇ ਮਗਰ ਲੱਭਦੇ ਨੇ ਉਹ ਲੱਭਦਾ ਨਹੀਂ ਨਹੀਂ ਲੱਭਦਾ ਉਹ ਘੱਟ ਲੱਭਦਾ ਜੇ ਕਿਸੇ ਕੋਲ ਹੈਗਾ ਵਾ ਹਾਂਜੀ ਤੇ ਉਹ ਟਰੈਕਟਰ ਘੱਟ ਹੀ ਵੇਚਦੇ ਲੋਕ ਉਹਦੇ ਜੇ ਤੇ 4 ਗੋਲੀ ਦਾ ਪੰਪ ਹੁੰਦਾ ਬਾਕੀ ਉਹਦੇ ਪਿਸਟਨ ਵੀ ਇਹਦੇ ਨਾਲ ਵੱਡੇ ਸਹੀ ਬਹੁਤ ਤਕੜਾ ਟਰੈਕਟਰ ਮਾਰ ਇਹ ਅਸੀਂ ਉਦੋਂ ਦਾ ਲਿਆ ਜੀ ਜਦੋਂ 85-18 ਲੱਖ ਦਾ ਸੀ ਉਦੋਂ 26 ਲੱਖ ਦਾ ਲਿਆ ਉਹਨੇ 3600-3610 ਬੜਾ ਦੌੜਦਾ ਕਿਹੜਾ ਦੌੜਦਾ ਬਹੁਤਾ ਉਹ ਦੌੜਦਾ ਹੀ ਹੈ ਜੀ ਲੇਕਿਨ ਉਹ ਕੰਮ ਉਹ ਨਹੀਂ ਦਿੰਦਾ ਜਿਹੜੇ ਕੰਮ ਦੇ ਜਾਂਦਾ ਉਹ ਕੀ ਜੁੱਤੀ ਲਾ ਕੇ ਦੌੜਦਾ ਬਸ ਉਹਦਾ ਟੋਰਾ ਹੀ ਆ ਗਾਜੀਆਂ ਤੇ ਉੱਠਦਾ ਬੜਾ ਮੈਂ ਕਿਹਾ ਸੁੱਤਾ ਉੱਠ ਪੈਂਦਾ ਉੱਠਦਾ ਬੜਾ ਇਹਨੇ ਟਰੈਕਟਰ ਇਹ ਨਹੀਂ ਉੱਠਦੇ ਅੱਗ ਹੋਲੇ ਨੇ 4600 ਟਰੈਕਟਰ ਵੱਧਾ ਜੀ ਅੱਛਾ ਜੀ ਜਾਂ ਕਾਲੀ ਪੱਟੀ ਵਾਲਾ 4710 ਦੱਸਿਆ ਅੱਛਾ ਫੋਰਡਾਂ ਚ ਇਹ ਹੀ ਵੱਧ ਨੇ ਹਾਂਜੀ ਜਾਂ 4600 ਜਾਂ 4710 ਆ 85 ਆ ਜੀ ਭਾਈ ਉਹਨਾਂ ਕੋਲ ਨਜ਼ਾਰਾ ਆ ਗਿਆ ਵੀ ਅੱਜ ਆ ਰੂਟਾਵੈਟਰ ਵੀ ਨਵਾਂ ਲਿਆ ਜੀ ਨੈਸ਼ਨਲ ਦਾ ਰੂਟਾਵੈਟਰ ਜੀ ਫੈਸਲਾਬਾਦ ਤੋਂ ਇਹਨੇ ਮੰਗਾਇਆ ਜੀ ਇਹ ਪਹਿਲੇ ਦਿਨ ਹੀ ਚੱਲਾ ਅੱਜ ਪੈਲੀ ਪਾਉਂ ਪਹਿਲੇ ਦਿਨ ਹੀ ਚੱਲਾ ਜੀ ਅੱਲਾ ਖੈਰ ਹੀ ਕਰੇ ਉਦੋਂ ਸਲਾਬ ਵਾਲਿਆਂ ਨੂੰ ਅਸੀਂ ਸੈਲੇ ਦਿੱਤਾ ਜੀ ਹਾਂਜੀ ਮਾਰਕੀਟ ਨਾਲੋਂ ਅਸੀਂ ਤਕਰੀਬਨ ਕੋ 50-60 ਰੁਪਏ ਸਸਤਾ ਦਿੱਤਾ ਅਸਲਾਮ ਅਲੈਕਮ ਜੀ ਲੋ ਜੀ ਦੋਸਤੋ ਭਾਈ ਅਹਿਮਦ ਡੋਗਰ ਸਾਹਿਬ ਕੋ ਆਏ ਸੀ ਤੁਹਾਨੂੰ ਸਾਇਲੇਜ ਦੀ ਵੀਡੀਓ ਇਹਨਾਂ ਦੀ ਪਹਿਲੇ ਸ਼ੇਅਰ ਕੀਤੀ ਹੈ ਤੇ ਇਹ ਫੈਸਲਾਬਾਦ ਟੋਚਨ ਮੁਕਾਬਲੇ ਤੇ ਵੀ ਟਰੈਕਟਰ ਆਪਣਾ ਲੈ ਕੇ ਗਏ ਸਨ ਇਹ ਜਿਹੜਾ ਟਰੈਕਟਰ ਹੈ ਜੀ ਫੋਰਡ ਤੇ ਤੁਹਾਨੂੰ ਫੋਰਡਾਂ ਦੇ ਬਾਰੇ ਦੱਸਦੇ ਆ ਜੀ ਜਿਹੜੀਆਂ ਗੱਲਾਂ ਨਹੀਂ ਪਤਾ ਫੋਰਡ ਕਿਉਂ ਲੋਕ ਰੱਖਦੇ ਨੇ ਕਿਹਦਾ ਕੀ ਸਵਾਦ ਹੈ ਪੁਰਾਣੇ ਮਾਡਲ ਦਾ ਕੀ ਸਵਾਦ ਹੈ 85 ਇਹਨਾਂ ਕੋਲ ਨਵਾਂ ਖੜਾ ਜੀ ਤੇ ਇਹਦੇ ਵਿੱਚ ਤੇ ਫੋਰਡ 'ਚ ਕੀ ਫਰਕ ਹੈ ਭਾਈ ਅਹਿਮਦ 85 ਦੇ ਵਿੱਚ ਫੋਰਡ ਦੇ ਵਿੱਚ ਕੀ ਫਰਕ ਹੈ ਨਵੇਂ ਟਰੈਕਟਰ 'ਚ ਤੇ ਪੁਰਾਣੇ 'ਚ 86 ਟਰੈਕਟਰ ਜਿਹੜਾ ਹੈ ਨਾ ਜੀ ਇਹ ਅਸੀਂ ਰੱਖਿਆ ਸਿਰਫ ਮਸ਼ੀਨ ਵਾਸਤੇ ਤੇ ਵਾਈ ਵਾਸਤੇ ਹਾਂਜੀ ਜਿਹੜੇ ਫੋਰਡ ਆਏ ਸੀ ਰੱਖੇ ਫਟਿਆਂ ਵਾਸਤੇ ਇਹ ਸੁਣਿਆ ਕਿ ਪੀਟੀਓ ਦਾ ਗੰਦਾ ਉਹ ਫੋਰਡ ਇਹ ਗਰਮ ਹੋ ਜਾਂਦਾ ਪੀਟੀਓ ਤਾਂ ਅਸੀਂ ਇਹਦਾ ਚਲਾਉਂਦੇ ਹੀ ਨਹੀਂ ਗਿਆ ਵੀ ਨਹੀਂ ਤਿਆਰ ਕਰਦੇ ਇਸ ਤੋਂ ਇਲਾਵਾ ਅਸੀਂ ਇਹਦੇ ਕੋਲ ਕੋਈ ਕੰਮ ਨਹੀਂ ਹੁੰਦੇ ਹਾਂਜੀ ਬਾਕੀ ਅਸੀਂ ਇਹਦੇ ਨਾਲ ਸਿਰਫ ਫੱਟਾ ਚਲਾਉਂਦੇ ਹਾਂ ਤੇ ਰੋਡ ਦਾ ਬਾਦਸ਼ਾਹ ਰੋਡ ਦਾ ਬਾਦਸ਼ਾਹ ਜੀ ਇਹ ਮਕਈ ਅਸੀਂ 600 ਮਣ 700 ਮਣ ਲੋਡ ਕਰਕੇ ਹਾਂਜੀ ਸਦਰਾਬਾਦ ਸ਼ੇਖੂਪੁਰੇ ਲਾਹੌਰ ਤੱਕ ਖੜਦੇ ਇਹ ਤੇ ਦੌੜਦਾ ਵੀ ਬੜਾ ਹੈ ਬਹੁਤ ਜੀ ਕੰਮ ਨਹੀਂ ਕਰਦਾ ਟਰੈਕਟਰ ਅੱਛਾ ਪਹਿਲਾਂ ਦਾ ਕੰਮ ਹੋਇਆ ਹੋਵੇ ਇੱਕ ਦਫਾ ਕੰਮ ਨਹੀਂ ਕਰਦਾ ਕੰਮ ਨਹੀਂ ਕਰਦਾ ਹਾਂਜੀ ਤੇ ਆ ਫੋਰਡ 4600 ਹੈ ਜੀ ਆ 4600 ਜੀ ਟੋਟਲ ਜੈਨੂਇਨ ਟਰੈਕਟਰ ਦਾ ਮਾਸ਼ਾ ਅੱਛਾ ਕਿੰਨੇ ਐਚਪੀ ਹੁੰਦਾ ਕਿੰਨੇ ਸਿਲੰਡਰ ਹੈ ਇਹਦੇ ਬਾਰੇ ਦੱਸੋ ਇਹ ਜੀ 65 ਹਾਰਸ ਪਾਵਰ ਆ ਅੱਛਾ ਜੀ ਫੋਰਡ 4600 65 ਐਚਪੀ ਹੈ ਹਾਂਜੀ ਤੇ ਤਿੰਨ ਸਿਲੰਡਰ ਹੈ ਕਿ ਚਾਰ ਤਿੰਨ ਸਿਲੰਡਰ ਹੈ ਜੀ ਤਿੰਨ ਸਿਲੰਡਰ ਟਰੈਕਟਰ ਹੈ ਅੱਛਾ ਇਹ ਫੋਰਡ ਜਿਹੜਾ ਕਿਤੇ ਲੀਕ ਨਹੀਂ ਦਿਸਦਾ ਕਿਤੇ ਕੋਈ ਬਿਲਕੁਲ ਜੀ ਇਹ ਸੁੱਕਾ ਆਇਲ ਵਗੈਰਾ ਨਹੀਂ ਸੁੱਕਿਆ ਡਰਾਈ ਬੋਰਡ ਦਾ ਟਰੈਕਟਰ ਆ ਬਹੁਤ ਸੁਥਰਾ ਟਰੈਕਟਰ ਇਹ ਕਿੱਥੋਂ ਮੰਗਾਇਆ ਸੀ ਤੇ ਕਿਵੇਂ ਰਿਹਾ ਤੁਹਾਨੂੰ ਇਹ ਬਾਹਰੋਂ ਮੰਗਵਾਇਆ ਜੀ ਅਸੀਂ ਅੱਛਾ ਜੀ ਬਾਹਰੋਂ ਕਿਵੇਂ ਆਉਂਦਾ ਹੈ ਇਹ ਸਰਗੋਧੇ ਦੀ ਪਾਰਟੀ ਕੋ ਮੰਗਵਾਇਆ ਜੀ ਅਸੀਂ ਇਹ ਹੁਣ ਨਵੇਂ ਟਰੈਕਟਰ ਜਿਹੜੇ ਆ ਉਹ ਤੇ ਲੈਣ ਦੀ ਹਿੰਮਤ ਕੋਈ ਨਹੀਂ ਰਹੀ 30 ਲੱਖ ਦਾ ਹੋ ਗਿਆ ਕਿੰਨੇ ਦਾ ਮਿਲਿਆ ਸੀ ਇਹ ਤਕਰੀਬਨ ਆਇਆ ਜੀ 20 ਲੱਖ ਰੁਪਏ ਦਾ 20 ਲੱਖ ਦਾ ਇਹਦੇ ਰਿਮ ਟਾਇਰ ਅਸੀਂ ਆਪ ਪਾਏ ਸਹੀ ਹੋ ਗਿਆ ਤੇ ਇਹ ਕਿਦੋਂ ਦਾ ਮੰਗਵਾਇਆ ਇਹ ਤਕਰੀਬਨ ਅਜੇ 15-20 ਦਿਨ ਹੀ ਹੋਏ ਸਹੀ ਤੇ ਚਨੇਵੜ ਦੇ ਵਿੱਚ ਫੋਰਡ ਬੜੇ ਲੱਭ ਜਾਂਦੇ ਆ ਨਹੀਂ ਸਰਗੋਧਿਓਂ ਲਿਆਂਦਾ ਜੀ ਅਸੀਂ ਅੱਛਾ ਇੱਕ ਕਾਲੀ ਪੱਟੀ ਵਾਲਾ ਫੋਰਡ ਉਹ ਬੜਾ ਮਸ਼ਹੂਰ ਹੈ ਉਹ 3 ਹੈ ਜੀ ਉਹ ਇਸ ਤੋਂ ਵੱਧ ਆ ਟਰੈਕਟਰ ਅੱਛਾ ਜੀ ਹਾਂਜੀ ਠੀਕ ਹੈ ਉਹ 4610 ਆ 393 ਮਾਡਲ ਸਹੀ ਬਹੁਤ ਵੱਧ ਟਰੈਕਟਰ ਉਹ ਬੰਦੇ ਉਹਦੇ ਮਗਰ ਲੱਭਦੇ ਨੇ ਉਹ ਲੱਭਦਾ ਨਹੀਂ ਨਹੀਂ ਲੱਭਦਾ ਉਹ ਘੱਟ ਲੱਭਦਾ ਜੇ ਕਿਸੇ ਕੋਲ ਹੈਗਾ ਵਾ ਹਾਂਜੀ ਤੇ ਉਹ ਟਰੈਕਟਰ ਘੱਟ ਹੀ ਵੇਚਦੇ ਲੋਕ ਸਹੀ ਉਹਦੇ ਜੇ ਤੇ 4 ਗੋਲੀ ਦਾ ਪੰਪ ਹੁੰਦਾ ਬਾਕੀ ਉਹਦੇ ਪਿਸਟਨ ਵੀ ਇਹਦੇ ਨਾਲ ਵੱਡੇ ਬਹੁਤ ਤਕੜਾ ਟਰੈਕਟਰ ਮਾਸ਼ਾਅੱਲਾ ਯਾਨੀ ਕਿ ਚੰਗੀ ਸੱਟ ਮਾਰਦਾ ਟਰਾਲੀ ਨੂੰ ਤੇ ਇਹ ਆਪਣਾ ਇਕੱਠੇ ਖਲੋਤੇ ਰਹਿੰਦੇ ਕਦੀ ਲੜਦੇ ਲੁੜਦੇ ਨਹੀਂ 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 ਚੱਲਾ ਜੀ ਪੈਲੀ ਪਹੁੰਚ ਚੱਲਾ ਬਸ ਤੁਹਾਡਾ ਇੰਤਜ਼ਾਰ ਕਰ ਰਿਹਾ ਸੀ ਮਾਸ਼ਾਅੱਲਾ ਜੀ ਹਾਂਜੀ ਆ ਰੂਟਰ ਲੈ ਕੇ ਚੱਲਾ ਅੱਛਾ ਇਹ ਦੂਸਰੇ ਪਾਸੇ ਇਹਦਾ ਰਿਵਿਊ ਕਰਵਾ ਦੇਣੇ ਫੋਰਡ ਵਾਲੇ ਬੰਦੇ ਕਹਿੰਦੇ ਸਾਨੂੰ ਰਿਮ ਤੱਕ ਇਹਦੇ ਚੈੱਕ ਕਰੋ ਜੀ ਜੈਨੂਇਨ ਮਾਸ਼ਾਅੱਲਾ ਜੀ ਰਿਮ ਚੈੱਕ ਕਰੋ ਇਹਦੇ ਇਹ ਭਾਜੀ ਲੋਹਾ ਹੀ ਬੜਾ ਪੱਕਾ ਲਾਉਂਦੇ ਆ ਜਿਹੜੇ ਪਹਿਲੇ ਮਾਡਲ ਸਨ ਅਸਲ ਦੇਖੋ ਟਰੈਕਟਰ ਦਾ ਇਹਦੇ ਨਟ ਬੋਲਟ ਜਿਹੜਾ ਜਦੋਂ ਵੀ ਖੋਲਣਾ ਨਾ ਇਹਨੇ ਸਲਿਪ ਨਹੀਂ ਮਾਰਨਾ ਸਲਿਪ ਨਹੀਂ ਮਾਰਨਾ ਇਸ਼ਾਰੇ ਚੈੱਕ ਕਰੋ ਜੀ ਇਹਦੇ ਇਸ਼ਾਰੇ ਤੱਕ ਚਾਲੂ ਹੈ ਮੀਟਰ ਤੱਕ ਦਾ ਚਾਲੂ ਹੈ ਇਹ ਤੁਸੀਂ ਜਿਹੜਾ ਨਾ ਮੁਕਾਬਲੇ ਵਾਲੀ ਪੱਟੀ ਨਹੀਂ ਸੀ ਲਾਉਣੀ ਚਲੋ ਕੋਈ ਨਹੀਂ ਤੁਹਾਡੇ ਕੋਲ ਆ ਵੇਖੋ ਭਾਈ ਜਾਨ ਇਧਰ ਆਓ ਇਹ ਇੱਕ ਅਵਾਰਡ ਹੈ ਤੁਹਾਨੂੰ ਜਿਹੜਾ ਆ ਵੇਖੋ ਇਹ ਕੀ ਹੈ ਜੀ ਇਹਦਾ ਲੀਵਰ ਤੱਕ ਇਹਦੇ ਹਰ ਚੀਜ਼ ਚਾਲੂ ਹੈ ਹਟਾ ਲਓ ਇਹ ਮੀਟਰ ਚੈੱਕ ਕਰੋ ਜੀ ਇਹ ਜੀ ਮਟੀਰੀਅਲ ਪਾਵਰ ਸਟੀਅਰਿੰਗ ਲੱਗਾ ਜੀ ਜਿਹੜਾ ਹੁਣ ਨਵਾਂ ਆ ਰਿਹਾ ਤੇ ਐਵੇਂ ਇੱਕ ਵਾਰੀ ਖਿੱਚੋ ਤੇ ਲੱਤ ਲੁੱਤ ਜਾਂਦਾ ਇਹ ਜਨਾਬ ਮੀਟਰ ਚੈੱਕ ਕਰੋ ਜੀ ਇਹਦਾ ਜੈਨੂਇਨ ਹੈ ਕੋਈ ਚੀਜ਼ ਨਹੀਂ ਕਿਤੇ ਚਰੀਡ ਵਗੈਰਾ ਨਹੀਂ ਸਾਰ ਚੀਜ਼ ਆਪਣੀ ਜਨਮਨ ਜਨਮਨ ਹੈ ਤੇ ਕਿਤੇ ਕੋਈ ਖਰਾਸ਼ ਨਹੀਂ ਤੇ ਆ ਰਿਮ ਹੈ ਜੀ ਇਹ ਰਿਮ ਕਿਤੇ ਟੁੱਟਾ ਨਹੀਂ ਕਿਤੇ ਕੋਈ ਪਲੇਟ ਨਹੀਂ ਪਈ ਕੋਈ ਚੀਜ਼ ਨਹੀਂ ਇਹਦੀ ਕਿਤੇ ਟਾਂਕਾ ਨਹੀਂ ਲੱਗਾ ਕੋਈ ਕਾਬਲ ਨਹੀਂ ਚੱਲਦੇ ਵੀ ਟਰਾਲਿਆਂ ਤੇ ਆ ਹਾਂਜੀ ਇਹ ਵੀ ਟਰੈਕਟਰ ਚੈੱਕ ਕਰੋ ਅੱਛਾ ਕਾਲੇ ਤੇ ਟਾਇਰ ਕਿਹੜਾ ਤੁਹਾਨੂੰ ਸਹੀ ਚਾ ਅਸੀਂ ਫਿਲਹਾਲ ਦੇ ਜੀ ਜਨਰਲ ਦੇ ਚਲਾ ਰਹੇ ਹਾਂ ਲੇਕਿਨ ਹੁਣ ਅਸੀਂ ਅਗਲੀ ਦਫਾ ਸਰਵਿਸ ਤੇ ਪਾਵਾਂਗੇ ਸਰਵਿਸ ਤੇ ਲੋਕ ਬੜੇ ਉੱਥੇ ਮੇਲੇ ਤੇ ਦੇਖ ਕੇ ਆਏ ਉਹਦੀ ਗੁੱਡੀ ਸੰਘਣੀ ਆ ਹਾਂਜੀ ਤੇ ਟਾਇਰ ਅੱਛਾ ਹੋਵੇ ਟਾਇਰ ਅੱਛਾ ਸਰ ਪਹਿਲੇ ਅਸੀਂ ਜਨਰਲ ਦਾ ਚਲਾ ਰਹੇ ਸੀ ਸਹੀ ਹੋ ਗਿਆ ਜੀ ਤੇ ਅਸੀਂ ਹੁਣ ਲਾ ਕੇ ਸਰਵਿਸ ਤੇ ਪਾਵਾਂਗੇ ਇਨਸ਼ਾਅੱਲਾ ਸਰਵਿਸ ਤੇ ਲੋਕ ਬੜੇ ਜ਼ਿਆਦਾ ਪਸੰਦ ਕਰਦੇ ਜਿਹੜੇ ਚਲਾਉਂਦੇ ਅਸੀਂ ਸੇਲ ਕਰ ਦੇਣੇ ਜੀ ਆ ਟਾਇਰ ਜਿਹੜੇ ਆ ਸਰਵਿਸ ਤੇ ਪਾਵਾਂਗੇ ਇਨਸ਼ਾਅੱਲਾ ਸਰਵਿਸ ਤੇ ਟਾਇਰ ਜੀ ਇਹ ਚੈੱਕ ਕਰੋ ਆ ਵੀ ਜਨਮਨ ਜਿਹੜਾ ਸਰਵਿਸ ਵਾਲੇ ਉੱਥੇ ਮੇਲੇ 'ਚ ਵੀ ਗਏ ਸਨ ਇਹ
81 ਮਾਡਲ ਆ ਜੀ ਇਹ ਭਾਰਾ ਤੇ ਫਿਰ ਮੁਕਾਬਲੇ ਤੇ ਕੰਮ ਖਿੱਚੇਗਾ ਮੁਕਾਬਲੇ ਹੀ ਖੜਾਂਗੇ ਜੀ ਇਨਸ਼ਾ ਅੱਲਾ ਅਗਲੇ ਸਾਲ ਸਾਰੇ ਆਉਣੇ ਚਾਹੀਦੇ ਉੱਥੇ ਇਹਦਾ ਕੋ ਥੋੜਾ ਡੀਜ਼ਲ ਪੰਪ ਡਾਊਨ ਸੀਗਾ ਅਗਲੀ ਦਫਾ ਨੂੰ ਅੱਛਾ ਤੁਸੀਂ ਮੁਕਾਬਲੇ ਤੇ ਜਿਹੜਾ ਇੰਤਜ਼ਾਮ ਵੇਖਿਆ ਕਮੇਟੀ ਦਾ ਜਾਂ ਕਿਸ ਤਰ੍ਹਾਂ ਦੇ ਰੂਲ ਉਹਨਾਂ ਦੇ ਲੱਗੇ ਆ ਬਹੁਤ ਅੱਛਾ ਸੀ ਜੀ ਉਹ ਅਸਲ ਚ ਕੋ ਫੋਰ ਵਾਲਾ ਬੰਦਾ ਨਹੀਂ ਕਮੇਟੀ ਚ ਗਿਆ ਹਾਂਜੀ ਤੇ ਇਸ ਕਰਕੇ ਫਿਰ ਉਹਦਾ ਵਜ਼ਨ ਉਹਨਾਂ ਨੇ ਉੱਪਰ ਹੀ ਰੱਖਿਆ ਸਹੀ ਅਗਲੀ ਦਫਾ ਇਨਸ਼ਾ ਅੱਲਾ ਜਾਵਾਂਗੇ ਅਸੀਂ ਹਾਂਜੀ ਫਿਰ ਉਹਦਾ ਵਜ਼ਨ ਜਿਹੜਾ ਨਾ ਤੋਲ ਕੇ ਪਵਾਵਾਂਗੇ ਨਹੀਂ ਉਹ ਜਿਹੜੇ ਉਹ ਪਿੰਡ ਦੇ ਬੰਦੇ ਜਿਹੜਾ ਨੇ ਬਹੁਤ ਅੱਛੇ ਬੰਦੇ ਸੀ ਜੀ ਰਾਣਾ ਸਾਹਿਬ ਬਹੁਤ ਅੱਛੇ ਬੰਦੇ ਬੰਦੇ ਅੱਛੇ ਨੇ ਔਰ ਉਹਨਾਂ ਦਾ ਡਿਸਪਲਿਨ ਔਰ ਉਹਨਾਂ ਦਾ ਜਿਹੜਾ ਅਸੂਲ ਜਿਹੜਾ ਨਾ ਉਹ ਕਿਸੇ ਨੂੰ ਰਹਿਤ ਨਹੀਂ ਕਰਦਾ ਬਹੁਤ ਸੋਹਣਾ ਕੰਮ ਹੋਇਆ ਜੀ ਆਪਣੇ ਬੰਦਿਆਂ ਨੂੰ ਵੀ ਉੱਥੇ ਰੱਖਿਆ ਪਹਿਲੀ ਦਫਾ ਅਸੀਂ ਗਏ ਉੱਥੇ ਬਹੁਤ ਮਜ਼ਾ ਆਇਆ ਮਜ਼ਾ ਆਇਆ ਜੀ ਹਾਂਜੀ ਬਾਕੀ ਜਨਾਬ ਇਧਰਲੀ ਸਾਈਡ ਤੋਂ ਇਹਦਾ ਰਿਵਿਊ ਅੱਛਾ ਇਧਰੋਂ ਰਿਵਿਊ ਕਰਵਾ ਜਾਓ ਕੋਈ ਗੱਲ ਦੱਸਣ ਵਾਲੀ ਤੇ ਦੱਸੋ ਇਧਰ ਆਓ ਜੀ ਹਾਂਜੀ ਕੋਈ ਦੱਸਣ ਵਾਲੀ ਚੀਜ਼ ਹੈ ਤੇ ਦੱਸ ਦਿਓ ਆਪੇ ਹੀ ਟਰੈਕਟਰ ਵੇਖੋ ਜੀ ਤੁਸੀਂ ਟਰੈਕਟਰ ਇਹਦੇ ਨਾਲ ਦਾ ਇੱਥੇ ਇਲਾਕੇ 'ਚ ਨਹੀਂ ਹੈਗਾ ਕੋਈ ਹਾਂਜੀ ਇਹ ਤੁਸੀਂ ਉੱਥੋਂ ਬ੍ਰਾਜ਼ੀਲ ਮਾਡਲ ਮੰਗਵਾਇਆ ਸਪੈਸ਼ਲ ਹਾਂਜੀ ਤੇ ਕਿੰਨੇ ਦਾ ਮਿਲਿਆ ਤੁਹਾਨੂੰ ਇਹ ਸਾਨੂੰ ਆਇਆ ਸੀ 26 ਲੱਖ ਰੁਪਏ ਦਾ 26 ਲੱਖ ਦਾ ਜੀ ਹਾਂਜੀ ਇਹ ਸ਼ੌਕ ਦਾ ਮੁੱਲ ਕੋਈ ਨਹੀਂ ਹਾਂਜੀ ਹੁਣ 85-30 ਲੱਖ ਦਾ ਹੋ ਗਿਆ ਨਵਾਂ ਤੇ ਇਹ ਮਾਡਲ ਕਿਹੜਾ ਇਹ ਅਸੀਂ ਉਦੋਂ ਦਾ ਲਿਆ ਜੀ ਜਦੋਂ 85-18 ਲੱਖ ਦਾ ਸੀ ਸਹੀ ਇਹ ਉਦੋਂ 26 ਲੱਖ ਦਾ ਲਿਆ ਸੀ ਵਾਹ ਜੀ ਵਾਹ ਹਾਂਜੀ ਤੇ ਇਹ ਆਪਣਾ ਹੁਣ ਤਾਂ ਗੱਲ ਕਿੱਥੇ ਪਹੁੰਚ ਗਈ ਹੈ ਹੁਣ ਤਾਂ ਟਰੈਕਟਰ ਬਹੁਤ ਮਹਿੰਗਾ ਲੱਗਣਾ ਸੀ ਸੇਲ ਹੀ ਨਹੀਂ ਕਰਦੇ ਵਧੀਆ ਹੋ ਗਿਆ ਅਸੀਂ ਇਹ ਦੋਵੇਂ ਨਹੀਂ ਸੇਲ ਕਰਦੇ ਇਹ ਕੰਮ ਨਹੀਂ ਕੱਢਦੇ ਹਾਂ ਹਾਂਜੀ ਫੱਟਿਆਂ ਦੇ ਰੱਖੇ ਆ ਫੱਟਿਆਂ ਦਾ ਕੰਮ ਕਰਦੇ ਆ ਮਾਸ਼ਾਅੱਲਾ ਮਕਾਈ ਖੜਦੇ ਆ ਤੇ ਇਹ ਕਿਹੜਾ ਮਾਡਲ ਆ ਇਹ 81 ਮਾਡਲ 81 ਮਾਡਲ ਹੈ ਹਾਂਜੀ ਚਲੋ ਜੀ ਟਾਇਰ ਇਹਨੂੰ ਵੀ ਜਰਨਲ ਦੇ ਆ ਇੱਕ ਉਹ ਅੱਗੇ ਚੱਲਣ ਦਿਆ ਜੀ ਉਹ ਵੀ ਤੁਹਾਨੂੰ ਚੈੱਕ ਕਰਾਉਂਦੇ ਅੱਛਾ ਉਹ ਕਰਾਓ ਚੱਕ ਤੇ ਆ ਤੁਸੀਂ ਲੈ ਜਾਓ ਬਾਈ ਲੋ ਜੀ ਦੋਸਤੋ ਇਹ ਟਰੈਕਟਰ ਆ ਜੀ ਮੁਕਾਬਲੇ ਦੇ ਵਿੱਚ ਖੇਡਣ ਵਾਲਾ ਤੇ ਭਾਈ ਅਹਿਮਦ ਸਾਹਿਬ ਕੋਈ ਇਹਦੇ ਬਾਰੇ ਪੁੱਛਦੇ ਆ ਭਾਈ ਅਹਿਮਦ ਇਹਦੇ ਬਾਰੇ ਦੱਸੋ ਅਹਿਮਦ ਡੋਗਰ ਸਾਹਿਬ ਜੀ ਇਹ ਨਾਮ ਵੀ ਇਹਨਾਂ ਦਾ ਲਿਖਿਆ ਤੇ ਅਮੀਨਪੁਰ ਰੋਡ ਹੈ ਜੀ ਕੀ ਚੱਕ ਹੈ ਜੀ ਆਪਣਾ 30 ਚੱਕ ਪਿੰਡ ਆ ਜੀ 30 ਚੱਕ ਪਿੰਡ ਹੈ ਜੀ ਤੇ ਇੱਥੇ ਤੁਸੀਂ ਸਾਇਲੇਜ ਵਗੈਰਾ ਜਿਹੜਾ ਹਰ ਪੂਰੇ ਸਾਲ ਜਿਹੜੇ ਮਰਜ਼ੀ ਮਹੀਨੇ ਜਿਹੜੇ ਮਰਜ਼ੀ ਟਾਈਮ ਇਹਨਾਂ ਕੋਲ ਸਾਇਲੇਜ ਤੁਹਾਨੂੰ ਮਿਲੇਗਾ ਜੀ ਔਰ ਰੇਟ ਵਗੈਰਾ ਵੀ ਅੱਛਾ ਮਿਲੇਗਾ ਔਰ ਮੇਨ ਗੱਲ ਹੈ ਜੀ ਸਾਇਲੇਜ ਜਿਹੜਾ ਹੋਏਗਾ ਉਹ ਮਕਈ ਉਹਦੇ ਵਿੱਚ ਛੱਲੀ ਹੋਏਗੀ ਛੱਲੀ ਦੇ ਬਗੈਰ ਨਹੀਂ ਹੋਏਗਾ ਸਾਇਲੇਜ ਇੱਕ ਨੰਬਰ ਹੋਏਗਾ ਅੱਛਾ ਭਾਈ ਸਾਡਾ ਟਰੈਕਟਰ ਸਭ ਤੋਂ ਮੱਠਾ ਹੈ ਜੀ ਅਸੀਂ ਅੱਜ ਦਫਾ ਹੀ ਮੇਲੇ 'ਚ ਖੜਿਆ ਚੰਗੇ ਕਿਉਂ ਨਹੀਂ ਖਾਣੇ ਚੰਗੇ ਅਸੀਂ ਸਾਨੂੰ ਤਜਰਬਾ ਕੋਈ ਨਹੀਂ ਸੀਗਾ ਅੱਛਾ ਜੀ ਇਹੀ ਸਾਡਾ ਸਭ ਤੋਂ ਮੱਠਾ ਟਰੈਕਟਰ ਆ ਸਭ ਤੋਂ ਮੱਠਾ ਟਰੈਕਟਰ ਇਹ ਮਸ਼ੀਨ ਵੀ ਪੇਂਟ ਹੋਏ ਅੱਛਾ ਜੀ ਪਰ ਆਟ ਵੀ ਇਹਦੇ ਰੰਗ ਰੰਗ ਹੋਏ ਸਹੀ ਹੋ ਗਿਆ ਬਾਕੀ ਦੋ ਜਨਮਨ ਆ ਜੀ ਆ 86 ਦੀ ਸਾਰੀ ਜਨਮਨ ਇਹ ਫੋਰਡ 46 ਤੋਂ ਹੈ ਜੀ ਇਹ 46 ਤੋਂ ਵੀ 80 ਮਾਡਲ ਸਾਰੇ 46 ਤੋਂ ਰੱਖੇ ਆ ਸਾਰੇ 46 ਠੀਕ ਹੋ ਗਿਆ ਤੇ ਬਾਕੀ ਇਹ ਸਭ ਤੋਂ ਮੱਠਾ ਟਰੈਕਟਰ ਇਹਦੇ ਰੰਗ ਸੰਗ ਹੋਇਆ ਜੀ ਕਿੰਨੇ ਸਾਲ ਚੱਲੇ ਆਪਣੇ ਕੋਲ ਇਹ ਸਭ ਤੋਂ 2 ਸਾਲ ਹੋਏ ਆ ਜੀ ਅੱਛਾ ਜੀ ਇਹ ਥੱਕਿਆ ਹੀ ਆ ਇਹ ਦਰਮਿਆਨਾ ਜਿਹਾ ਵਾ ਸੋਹਣਾ ਕੰਮ ਦੇ ਰਿਹਾ ਕੰਮ ਦੇ ਰਿਹਾ ਚਲੋ ਜੀ ਵਧੀਆ ਆ ਗਿਆ ਬਾਕੀ ਆ ਜਾਓ ਬਰਸੀਮ ਵੱਲ ਚੱਲਦੇ ਆ ਉਹ ਤੁਹਾਨੂੰ ਇੱਕ ਚੈੱਕ ਕਰਾਉਂਦੇ ਟਰੈਕਟਰ ਬਹੁਤ ਉਹਦਾ ਟਰੈਕਟਰ ਹੈ ਜੀ ਇੱਕ ਬਰਸੀਮ ਵੱਲ ਉਹ ਤੁਹਾਨੂੰ ਚੈੱਕ ਕਰਾ ਕੇ ਆਉਂਦੇ ਆ ਜਿਹੜੇ ਫੋਰਡ ਦੇ ਸਕੀਨ ਆ ਜੀ ਉਹ ਚੈੱਕ ਕਰ ਲਓ ਮੈਨੂੰ ਜ਼ਿਆਦਾ ਆਹ ਟਰੈਕਟਰ ਪਸੰਦ ਆਇਆ ਆਹ ਚਾਚਾ ਜਿੱਥੇ ਬੈਠਾ ਆਹ ਟਰੈਕਟਰ ਜ਼ਿਆਦਾ ਪਸੰਦ ਆਇਆ ਅੱਛਾ ਭਾਈ ਅਹਿਮਦ ਇਹ ਜਿਹੜਾ ਟਰੈਕਟਰ ਹੈ ਜੀ ਇਹ ਜਿਹੜਾ ਟਰਾਲੇ ਅੱਗੇ ਫਟਿਆ ਕੇ ਪਿਆ ਹੈ ਇਹ ਕਿਹੜਾ ਮਾਡਲ ਹੈ ਜੀ ਇਹ ਵੀ 4600 ਜੀ 78 ਮਾਡਲ ਸਾਰੇ 4600 ਹੀ ਰੱਖੇ ਆ ਕੋਈ 3600 ਵੀ ਰੱਖ ਲੈਣਾ ਸੀ ਇਹ ਅਗਲੀ ਦਫਾ ਆਏਗਾ ਟਰੈਕਟਰ ਵੀ ਜੀ ਮੁਕਾਬਲੇ ਦੇ ਉੱਤੇ ਆਂਦੇ 3600 3610 ਬੜਾ ਦੌੜਦਾ ਕਿਹੜਾ ਦੌੜਦਾ ਬਹੁਤਾ ਉਹ ਦੌੜਦਾ ਹੀ ਆ ਜੀ ਲੇਕਿਨ ਉਹ ਕੰਮ ਉਹ ਨਹੀਂ ਦਿੰਦਾ ਜਿਹੜੇ ਕੰਮ ਦੇ ਜਾਂਦਾ ਉਹ ਕੀ ਜੁੱਤੀ ਲਾ ਕੇ ਦੌੜਦਾ ਬਸ ਉਹਦਾ ਟੋਰਾ ਹੀ ਆ ਗਾਜੀ ਆਂਦੇ ਉੱਠਦਾ ਬੜਾ ਮੈਂ ਕਿਹਾ ਸੁੱਤਾ ਉੱਠ ਪੈਂਦਾ ਉੱਠਦਾ ਬੜਾ ਇਹਨੇ ਟਰੈਕਟਰ ਇਹ ਨਹੀਂ ਉੱਠਦੇ ਅੱਗ ਹੋਲੇ ਨੇ 4600 ਟਰੈਕਟਰ ਵੱਧਦਾ ਜੀ ਅੱਛਾ ਜੀ ਜਾਂ ਕਾਲੀ ਪੱਟੀ ਵਾਲਾ ਜਿਹੜਾ 47 ਦਾ ਦੱਸਿਆ ਅੱਛਾ ਫੋਰਡਾਂ 'ਚ ਇਹੀ ਵੱਧ ਨੇ ਜੀ ਜਾਂ 4600 ਜਾਂ 47 ਦਾ ਅੱਛਾ ਇਹ ਗਰਮੀ ਦੇ ਵਿੱਚ ਮਸਲਾ ਤਾਂ ਨਹੀਂ ਕਰਦਾ ਕੋਈ ਮਸਲਾ ਨਹੀਂ ਕਰਦਾ ਜੀ ਬੰਦੇ ਕਹਿੰਦੇ ਠੰਡੇ ਇਲਾਕੇ ਦੇ ਟਰੈਕਟਰ ਦਾ ਬਲਾਕ ਸਹੀ ਹੋਵੇ ਕੋਈ ਗਰਮ ਨਹੀਂ ਹੁੰਦਾ ਜੀ ਠੀਕ ਹੋ ਗਿਆ ਜੀ ਇਹ ਬੰਪਰ ਇੱਥੇ ਫੈਸਲਾਬਾਦ ਦੇ ਬਣੇ ਬੰਪਰ ਫੈਸਲਾਬਾਦ ਦੇ ਹੀ ਹੈ ਜੀ ਸਹੀ ਬਣੇ ਸਹੀ ਲੱਗਾ ਥੱਪਿਆਂ ਨਹੀਂ ਨਾ ਬਹੁਤਾ ਹਾਂਜੀ ਸੋਹਣੇ ਲੱਗ ਗਏ ਭਾਈ ਐਮ ਸਾਹਿਬ ਕੋਲ ਬੜਾ ਵੱਡਾ ਸਿਸਟਮ ਹੈ ਜੀ ਸਾਇਲੇਜ ਦਾ ਸਾਇਲੇਜ ਦਾ ਇਹ ਕੰਮ ਕਰਦੇ ਆ ਔਰ ਇਹਨਾਂ ਕੋਲੋਂ ਤੁਸੀਂ ਸਾਇਲੇਜ ਜਿਹੜਾ ਹੈ ਔਰ ਇਹ ਤਾਂ ਅਲੱਗ ਅਲੱਗ ਹੀ ਦਿੰਦੇ ਆ ਆਪਣੇ ਸ਼ਹਿਰ ਦੇ ਵਿੱਚ ਹੀ ਬਰਸਨ ਵੀ ਕਿਸੇ ਨੂੰ ਚਾਹੀਦਾ ਹੋਵੇ ਤਾਂ ਵੀ ਪੰਜਾਬ 'ਚ ਮਿਲ ਸਕਦਾ ਬਰਸਨ ਬਰਸਨ ਤਾਂ ਬਥੇਰਾ ਹੁੰਦਾ ਹੈ ਸ਼ਹਿਰਾਂ 'ਚ ਚਾਹੀਦਾ ਕਈ ਇਲਾਕਿਆਂ 'ਚ ਨਹੀਂ ਹੁੰਦਾ ਤੇ ਫਿਰ ਕਈ ਲੋਕ ਲੈਂਦੇ ਆ ਬਸ ਹਾਂਜੀ ਲੂਸਣ ਵਗੈਰਾ ਨੂੰ ਕਈਆਂ ਨੂੰ ਜ਼ਰੂਰਤ ਹੁੰਦੀ ਹੈ ਸਹੀ ਤੇ ਜਿਹੜਾ ਲੂਸਣ ਹੈ ਉਹ ਲੂਸਣ ਨਹੀਂ ਸਾਡੇ ਕੋਲ ਬਰਸਨ ਹੀ ਹੁੰਦਾ ਠੀਕ ਹੋ ਗਿਆ ਜੀ ਹਾਂਜੀ ਇਹ ਇਹਦਾ ਕੀ ਰੇਟ ਹੈ ਬਰਸਨ ਦਾ ਜੀ ਇਹ ਫਿਲਹਾਲ ਤਾਂ ਜੀ 300 ਰੁਪਏ ਜਾ ਰਿਹਾ ਮਣ 300 ਰੁਪਏ ਮਣ ਹੈ ਜੀ ਹਾਂਜੀ ਤੇ ਇਹ ਰੇਟ ਮਹਿੰਗਾ ਜਾਂ ਘਟਦਾ ਵੱਧਦਾ ਰਹਿੰਦਾ ਘਟਦਾ ਹੁਣ ਘਟਿਆ ਕਿ ਵੱਧਦਾ ਇਹਦਾ ਰੇਟ ਹੁੰਦਾ ਪਹਿਲੇ 600 ਵੀ ਰਿਹਾ ਵਾ ਸਹੀ ਫਿਰ 400 ਰਿਹਾ ਹੁਣ 300 ਹੋ ਗਿਆ ਹੁਣ ਘਟ ਗਿਆ ਜੀ ਇਹਨੂੰ 10 ਮਣ ਕਾਟ ਵੀ ਹੁੰਦੀ ਸਹੀ 100 ਮਣ ਦੀ 10 ਮਣ ਕਾਟ ਸਹੀ ਇਹ ਜਾ ਕੇ ਵੱਡੇ ਕੰਡੇ ਤੋਂ ਤੁਲਣਾ ਹਾਂਜੀ ਟਾਲ ਤੇ ਦੇਣਾ ਇੱਥੇ ਸਿਟੀ ਜਾਂਦੇ ਆ ਫੈਸਲਾਬਾਦ ਦੀ ਠੀਕ ਹੈ ਟਾਲ ਤੇ ਦਿੰਦੇ ਹੋ ਤੁਸੀਂ ਹਾਂਜੀ ਅਸੀਂ ਵਪਾਰੀ ਨੂੰ ਦੇਈਦਾ ਉਹਨੇ ਅੱਗੇ ਟਾਲਾਂ ਤੇ ਆਪੇ ਲਵਾਉਣਾ ਹੁੰਦਾ ਤੇ ਉਹ
दातरी बहुत तगड़ी है। देखो मकई आले को दातरी बड़ी लम्मी होंगी है। छावे बैठे मकई धूल ही दूरों धुपो। सैंपल चेक कराओ जी। दातर रैपर नहीं जो चलते अपनी बटन अगले थले धोती थले भाई उथे भी आए सन साडे कोल। अच्छा चलो खैर पर्दा नहीं किसी का पहाड़ी का। हाँ जी है जी वड्डे अपना शटाला भैया। मैं किन्ना पर अपने को शटाला है की ये तकरीबन 70 किले सी जी। 70 किले। हाँ जी को 12 किले अपने बाकी मुल लिया सारा सही। हाँ जी गुजर जेड़े दुद्ध काम करते हैं डोगर उन्होंने पट्ठे दे जाते। ये दातरी जिहड़ा ते आप माशाल्लाह जनाब पठे वे मन दिन किलो की होगी भी किलो का जी। ए जा रहा जी ट्राले के उत्ते जिंदाबाद भाई जिंदाबाद। फैसलाबाद के बंदे वैसे ही बड़े घेंट नजारा आ गया। अच्छा जी साउथ अफ्रीका चाह कर दे भाई। अच्छा फैसलाबाद वाले जुगतां बड़िया मारते हैं की वजह देखो ये मजाक मजाक बच्चे काम मुक जाते हैं इन्हों सड़ते सुड़ते कोई नहीं है। शुक्र मेला वाह कर दे जी। जे सड़न तो फिर शटाले का वजन भी घट जाता। हाँ जी बरसीम जो गिला होंगे थलो थोड़ा वजन पाजदा बाद सड़क करा दी भाई कहना मेरी वीडियो बनाओगे मैं ट्रैक्टर लैके जाना जी भाई उन्हें चले पैली वाह चलाओ जी ना भाई ने सुनता ना भाई पता कि लगता है ट्रैक्टर स्टार्ट आ किन्ना क जोर लगता है तजर्बा बहुत किन्ना क लोड साडा ट्रैक्टर वाहा दा जिहड़ा पै जा मंदा रोड दे विच बाकी कोई ट्रैक्टर नहीं पै जांदा सही। इहदा हाइड्रोलिक बहुत सेट आ मार लिया जी लिया कड्डो गड्डी है 85 आ जी भाई उहनां कोल नजारा आ गया भी अज रूटावेटर भी नवा लिया जी नैशनल रूटावेटर जी फैसलाबाद इन्हें मंगाया जी पहले दिन ही चला अज पैली फोन पहले दिन ही चला जी अल्लाह खैर ही करे। हाँ जी हुण भाई एमां दे मल्टी स्पीड रूटावेटर बना के दे रहे ओ लिया करो ते नाल ना ट्रैक्टर भी सौखा रहिंदा ते तेल दा खर्चा भी घट है ते कतराई भी वधिया ਉਥੇ ਆਏ ਨਹੀਂ ਸੀ ਨਾ ਐਮ ਅਕਰਮ ਵਾਲੇ ਲੈ ਕੇ ਅਸੀਂ ਗੌਰ ਨਹੀਂ ਕੀਤੀ ਜੀ ਅਗਲੀ ਦਫਾ ਇਨਸ਼ਾਅੱਲਾ ਉਤੋਂ ਉਹਨਾਂ ਕੋਲ ਲਿਆਵਾਂਗੇ ਇਹਨਾਂ ਦੀ ਚੀਜ਼ਾਂ ਦੇ ਮਾਨਾਂ ਵਾਲੇ ਦੇ ਆ ਹਾਂਜੀ ਸ਼ਿਵਪੁਰੇ ਦੇ ਜਾਂ ਮਾਨਾਂ ਵਾਲੇ ਮਾਨਾਂ ਵਾਲੇ ਦੇ ਜੀ ਅਗਲੀ ਦਫਾ ਉਹਨਾਂ ਕੋਲ ਲਿਆਵਾਂਗੇ ਨਵੀਂ ਚੀਜ਼ ਦੇ ਮੁਤਾਰਫ ਕਰਵਾਈ ਹੈ ਠੀਕ ਹੈ ਜੀ ਤੋਂ ਇੰਡੀਆ ਦੇ ਵਿੱਚ ਤੇ ਉਹੀ ਚੱਲਣ ਡਿਆ ਸਾਰਾ ਹੀ ਇਨਸ਼ਾਅੱਲਾ ਲਿਆਉਣਾ ਰੂਟਾਵੇਟਰ ਹੋਰ ਉਹ ਲਿਆਵਾਂਗੇ 10-20,000 ਲੈਣ ਲੱਗਿਆ ਮਹਿੰਗਾ ਲੱਗਦਾ ਲੇਕਿਨ ਬਾਅਦ ਵਿੱਚ ਉਹ ਨਾ ਉਹ ਟਰੈਕਟਰ ਵੀ ਬਚ ਜਾਂਦਾ ਇੰਜਨ ਟਰੈਕਟਰ ਦਾ ਐਡਾ ਮਹਿੰਗਾ ਹੁਣ ਹਰ ਚੀਜ਼ ਮਹਿੰਗੀ ਹੈ ਜਿਹੜਾ ਰੂਟਾਵੇਟਰ ਦੱਬ ਕੇ ਰੱਖਦਾ ਨਾ ਉਹ ਇੰਜਨ ਖਾ ਜਾਂਦਾ ਟਰੈਕਟਰ ਦਾ ਤੇ ਰੂਟਾਵੇਟਰ ਹੌਲਾ ਹੋਵੇ ਹੌਲਾ ਚੱਲੇ ਤੇ ਕਤਰਾਈ ਚੰਗੀ ਕਰੇ ਉਹ ਚੀਜ਼ ਲੈਣੀ ਚਾਹੀਦੀ ਹੈ। ਇਹ ਸੁਭਾਅ ਹੁੰਦੇ ਜੀ ਲੇਬਰ 9 ਵਜੇ ਆਉਂਦੀ ਹੈ ਸ਼ਾਮੀ 5 ਵਜੇ ਚੱਲ ਜਾਂਦੀ ਠੇਕੇ ਦਾ ਕੰਮ ਆ ਸਾਰਾ ਇਹ ਠੇਕੇ ਦਾ ਜੀ ਇਹਨਾਂ ਇਕੱਠਾ ਪੈਕ ਕਰਕੇ ਇਹਨਾਂ ਆਪਣੀ ਮਸ਼ੀਨ ਹਾਂਜੀ ਲੋਡ ਕਰਨਾ ਦੇਣਾ ਮੈਂ ਠੇਕੇ ਦੇ ਦੇਣਾ ਇਹ ਮੌਜ ਆ ਜੀ ਉੱਤੇ ਖਰਾਉਣਾ ਨਹੀਂ ਪੈਂਦਾ। ਹਾਂਜੀ ਤੇ ਅੱਛਾ ਜਿਹੜੇ ਡੀਜ਼ਲ ਦਾ ਖਰਚਾ ਕਿਵੇਂ ਫੋਡਾਂ ਦਾ ਇਹ ਤਕਰੀਬਨ ਆ ਸਾਰੀ ਦਿਹਾੜੀ 15 ਲੀਟਰ ਖਾਂਦਾ ਜੀ ਨਹੀਂ 85 ਮੈਂ ਫੀਅਟ ਨਾਲੋਂ 85 ਜ਼ਿਆਦਾ ਖਾਂਦਾ 85 ਜ਼ਿਆਦਾ ਖਾਂਦਾ ਹਾਂਜੀ ਫੀਅਟ ਵੀ ਜ਼ਿਆਦਾ ਖਾਂਦਾ ਠੀਕ ਹੋ ਗਿਆ ਹੋਰ ਦਾ ਖਰਚਾ ਘੱਟ। ਅੱਛਾ ਭਾਈ ਅਮਨ ਆਪਣਾ ਫੋਨ ਨੰਬਰ ਤੁਹਾਨੂੰ ਦਿਓ ਤੇ ਅਗਰ ਕਿਸੇ ਨੇ ਰਾਬਤਾ ਕਰਨਾ ਹੈ 0300 ਹਾਂਜੀ 4614 ਹਾਂਜੀ 329 ਤੇ ਇਹ ਜਿਹੜਾ ਤੁਹਾਡੇ ਕੋਲ ਸਾਈਲੇਜ ਹੈ ਇਹ ਪੂਰਾ ਸਾਲ ਹੀ ਮਿਲੇਗਾ। ਹਾਂਜੀ ਪੂਰਾ ਸਾਲ ਠੀਕ ਹੈ ਪੈਕਿੰਗ ਵਾਲਾ ਪੂਰਾ ਸਾਲ ਜਿਹੜਾ ਫਾਰਮਾ ਹੀ ਬਣਾਉਂਦੇ ਆ
बहुत शुक्रिया जी अपना विजिट करवाया अज और बड़ा जबरदस्त काम है क्योंकि पिछले दिन सैलाब जो मुल्क आया ना उदो सैलाज की वजह तो बड़ा फायदा हो गया जी। हाँ जी, तो नहीं तो किसी को पट्ठे चारा कोई नहीं सैलाब वाले असं सैलेज दिता जी। हाँ जी, मार्केट नो असं तकरीबन को 50-60 रुपये सस्ता दिता। अच्छा जी, इंसानियत नाते यानी कि अपना मार्जिन घट गया हूँ। असल जो छापर का रेट बहुत बढ़ गया पैकिंग वाले का। हाँ जी, घट नहीं ठीक है भाई अहमद, बड़ी मेहरबानी, शुक्रिया जी। तुसी सानू इनवाइट किया और बड़ा अच्छा लगा जी और जबरदस्त हो गया जी। अल्लाह हाफिज़। दोस्तों, वीडियो लाइक शेयर जरूर करें, वीडियो देखने का शुक्रिया।